ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਪ੍ਰਾਈਮ ਟਾਕ ਦੇ ਵਿੱਚ ਸਵਾਗਤ। ਮੈਂ ਹਾਂ ਅਵਨੀਤ ਸਿੰਘ ਤੇਜਾ। ਤੁਸੀਂ ਜਾਣਦੇ ਹੋ ਕਿ ਅਸੀਂ ਇਸ ਪ੍ਰੋਗਰਾਮ ਵਿੱਚ ਕਈ ਮੁੱਦੇ ਉਠਾਉਂਦੇ ਹਾਂ। ਕਈ ਵਾਰ ਉਹਦੇ ਨਾਲ ਤੁਸੀਂ ਸਹਿਮਤ ਹੁੰਦੇ ਹੋ ਜਾਂ ਨਹੀਂ ਸਹਿਮਤ ਹੁੰਦੇ, ਉਸ ਦਾ ਫੈਸਲਾ ਵੀ ਤੁਸੀਂ ਕਰਨਾ ਹੁੰਦਾ। ਸਾਡਾ ਕੰਮ ਹੈ ਕਿ ਅਸੀਂ ਤੁਹਾਡੇ ਤੱਕ ਮਹਿਮਾਨਾਂ ਨੂੰ ਲੈ ਕੇ ਆਈਏ, ਮਹਿਮਾਨ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕਰਨ, ਉਹਦੇ ਵਿੱਚੋਂ ਤੁਸੀਂ ਆਪਣੇ ਵਿਚਾਰ ਬਣਾਉਣੇ ਆ ਕਿ ਉਹ ਠੀਕ ਨੇ ਜਾਂ ਗਲਤ। ਅੱਜ ਜਿਸ ਮੁੱਦੇ ਉੱਪਰ ਅਸੀਂ ਗੱਲ ਕਰਨ ਜਾ ਰਹੇ ਹਾਂ, ਇਸ ਮੁੱਦੇ ਉੱਪਰ ਅਸੀਂ ਪਹਿਲਾਂ ਵੀ ਕੁਝ ਪ੍ਰੋਗਰਾਮ ਕਰ ਚੁੱਕੇ ਹਾਂ ਅਤੇ ਕਈ ਤਰ੍ਹਾਂ ਦੇ ਸੁਝਾਅ, ਕਈ ਤਰ੍ਹਾਂ ਦੇ ਵਿਚਾਰ ਜਿਹੜੇ ਦਰਸ਼ਕਾਂ ਵੱਲੋਂ ਸਾਨੂੰ ਲਗਾਤਾਰ ਮਿਲਦੇ ਰਹਿੰਦੇ ਆ। ਜੀ ਹਾਂ, ਇਸ ਸਾਲ ਨਵੇਂ ਸਾਲ ਦੇ ਸ਼ੁਰੂ ਹੋਣ ਦੇ ਨਾਲ ਹੀ ਇੱਕ ਵਿਵਾਦ ਜਿਹੜਾ ਨਵਾਂ ਉਹ ਸ਼ੁਰੂ ਹੋ ਗਿਆ। ਬਹੁਤ ਸਾਰੇ ਲੋਕਾਂ ਨੇ ਆਖਿਆ ਕਿ ਇਹ ਸਹੀ ਹੈ, ਜ਼ਿਆਦਾਤਰ ਨੇ ਆਖਿਆ ਕਿ ਇਹ ਗਲਤ ਹੈ। ਜੀ ਹਾਂ, ਕੈਨੇਡਾ ਦੇ ਗੁਰਦੁਆਰਿਆਂ ਦੇ ਵਿੱਚ ਕੁਛ ਕਮੇਟੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਭਾਰਤੀ ਕੌਂਸਲ ਦੇ ਕੋਈ ਵੀ ਅਧਿਕਾਰੀ ਜਾਂ ਭਾਰਤੀ ਅਧਿਕਾਰੀ ਉਹ ਕਿਤੇ ਵੀ ਮੰਚ ਸਾਂਝਾ ਨਹੀਂ ਕਰ ਸਕਣਗੇ ਗੁਰਦੁਆਰਾ ਸਾਹਿਬਾਨ ਦੇ ਵਿੱਚ। ਉਸ ਤੋਂ ਬਾਅਦ ਇਹ ਵਿਵਾਦ ਹੌਲੀ ਹੌਲੀ ਵੱਧਦਾ ਗਿਆ ਅਤੇ ਇਸ ਉੱਪਰ ਕਈ ਤਰ੍ਹਾਂ ਦੇ ਬਿਆਨ ਜਿਹੜੇ ਆ ਉਹ ਸਾਹਮਣੇ ਆਉਣੇ ਸ਼ੁਰੂ ਹੋ ਗਏ। ਇਸੇ ਮੁੱਦੇ 'ਤੇ ਹੀ ਅਸੀਂ ਚਰਚਾ ਜਾਰੀ ਰੱਖਾਂਗੇ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਕਿ ਅੱਜ ਇਹ ਮਸਲਾ ਕਿੱਥੇ ਖੜ੍ਹਾ। ਅੱਜ ਜਿਹੜੇ ਮਹਿਮਾਨ ਮੇਰੇ ਨਾਲ ਨੇ, ਉਹਨਾਂ ਦਾ 1984 ਤੋਂ ਲੈ ਕੇ ਅੱਜ ਤੱਕ ਸਿੱਖ ਸਿਆਸਤ ਦੇ ਨਾਲ ਡੂੰਘਾ ਵਾਸਤਾ ਰਿਹਾ ਹੈ, ਲਗਾਤਾਰ ਸਰਗਰਮ ਰਹੇ ਨੇ ਕੈਨੇਡਾ ਦੇ ਵਿੱਚ ਸਿੱਖ ਸਿਆਸਤ ਦੇ ਵਿੱਚ। ਜੀ ਹਾਂ, ਮੇਰੀ ਮੁਰਾਦ ਹੈ ਹਰਬੰਸ ਸਿੰਘ ਜੰਡਾਲੀ ਜੀ ਤੋਂ। ਜੰਡਾਲੀ ਸਾਹਿਬ, ਤੁਹਾਡਾ ਸਵਾਗਤ। ਮੇਰੇ ਵੱਲੋਂ ਵੀ ਜੀ, ਪ੍ਰਾਈਮ ਏਸ਼ੀਆ ਦੇਖਣ ਵਾਲੇ ਸਾਰੇ ਸਰੋਤਾਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਸਭ ਤੋਂ ਪਹਿਲਾਂ ਇਹ ਦੱਸਾਂ ਕਿ ਜੰਡਾਲੀ ਜੀ ਕੌਣ ਨੇ। ਮੈਂ ਇੱਕ ਹੋਰ ਜੋ ਬੜਾ ਅਹਿਮ ਰਿਸ਼ਤਾ ਇਹਨਾਂ ਦੇ ਨਾਲ ਜੁੜਿਆ ਹੋਇਆ, ਇਹ ਰੂਬੀ ਸਹੋਤਾ ਜੀ ਦੇ ਜੋ ਕਿ ਐਮ ਪੀ ਨੇ, ਉਹਨਾਂ ਦੇ ਪਿਤਾ ਜੀ ਨੇ, ਅਤੇ ਇਹਨਾਂ ਦੀਆਂ ਸਿੱਖਿਆਵਾਂ ਕਾਰਨ ਹੀ ਸਿਆਸਤ ਜਿਹੜੀ ਹੈ ਕੈਨੇਡਾ ਦੇ ਵਿੱਚ ਉਹ ਇੰਨੀ ਸਰਗਰਮ ਸਿਆਸਤ ਦੇ ਵਿੱਚ ਪਹੁੰਚੇ ਨੇ। ਜੰਡਾਲੀ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਪੁੱਛਣਾ ਚਾਹਾਂ, ਕਿਉਂਕਿ ਤੁਸੀਂ ਪਹਿਲੀ ਵਾਰ ਪ੍ਰਾਈਮ ਏਸ਼ੀਆ ਟੀਵੀ ਦੇ ਵਿੱਚ ਪਹੁੰਚੇ ਹੋ ਅਤੇ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਸਭ ਤੋਂ ਪਹਿਲਾਂ ਤਾਂ ਜੰਡਾਲੀ ਸਾਹਿਬ, ਆਪਣੇ ਬਾਰੇ ਦੱਸੋ ਕਿ ਤੁਸੀਂ ਸਿੱਖ ਸਿਆਸਤ ਨਾਲ ਕਦੋਂ ਜੁੜੇ ਅਤੇ ਕਿਹੜੇ ਕਿਹੜੇ ਅਹੁਦਿਆਂ 'ਤੇ ਰਹੇ ਤੁਸੀਂ? ਮੈਂ ਜੀ ਤਕਰੀਬਨ 1976 ਦੇ ਵਿੱਚ ਕੈਨੇਡਾ ਦੇ ਵਿੱਚ ਓਲੰਪਿਕ ਗੇਮਾਂ ਦੇਖਣ ਆਇਆ ਸੀ ਜੀ। ਉਸ ਵਕਤ ਮੈਂ ਪਿੰਡ ਦਾ ਸਰਪੰਚ ਹੁੰਦਾ ਸੀ ਅਤੇ ਅਹਿਮਦਗੜ੍ਹ ਬਲਾਕ ਸਮਿਤੀ ਦਾ ਮੈਂਬਰ ਹੁੰਦਾ ਸੀ, ਬਹੁਤ ਛੋਟੀ ਉਮਰ ਦੇ ਵਿੱਚ ਹੀ, 22 ਸਾਲ ਦੇ ਸੀ ਮੈਂ, ਅਤੇ ਮੈਂ ਪਿੰਡ ਦਾ ਸਰਪੰਚ ਬਣ ਗਿਆ ਸੀ, ਫਿਰ ਬਲਾਕ ਸਮਿਤੀ ਦਾ ਮੈਂਬਰ। ਉਸੇ ਸੰਬੰਧ ਦੇ ਵਿੱਚ ਮੈਂ ਕੈਨੇਡਾ ਦੇ ਵਿੱਚ ਜੋ ਓਲੰਪਿਕ ਗੇਮਾਂ ਹੋਈਆਂ ਸੀ 1976 ਦੇ ਵਿੱਚ ਉਹ ਦੇਖਣ ਦੇ ਲਈ ਆਇਆ ਸੀ। 1984 ਜਿਹੜਾ ਤੁਸੀਂ ਰਾਜਨੀਤੀ 'ਚ ਕਿਹਾ, 1984 ਤੋਂ ਜਦ ਹਰਿਮੰਦਰ ਸਾਹਿਬ 'ਤੇ ਭਾਰਤ ਸਰਕਾਰ ਨੇ ਹਮਲਾ ਕੀਤਾ, ਉਸ ਤੋਂ ਬਾਅਦ ਜਿਹੜੀ ਸਿੱਖ ਮਾਨਸਿਕਤਾ 'ਤੇ ਬਹੁਤ ਬਲੂੰਦਰੀ ਗਈ, ਸਿੱਖ ਇੱਥੇ ਪ੍ਰਦੇਸ਼ਾਂ ਦੇ ਵਿੱਚ ਇਕੱਠੇ ਹੋਏ, ਅਸੀਂ ਉਸ ਵੇਲੇ ਤੋਂ ਲੈ ਕੇ ਸਿੱਖ ਸਿਆਸਤ ਦੇ ਨਾਲ ਜੁੜੇ ਹੋਏ ਹਾਂ ਜੀ। 1984 ਦਾ ਉਹ ਦੁਖਾਂਤ, ਉਸ ਤੋਂ ਬਾਅਦ ਜਿਸ ਤਰ੍ਹਾਂ ਸਿੱਖ ਸਿਆਸਤ ਵੀ ਬਦਲੀ ਅਤੇ ਸਿੱਖ ਸਿਆਸਤ ਦੇ ਨਾਲ ਜੁੜੇ ਹੋਏ ਲੋਕਾਂ ਦੇ ਵਿਚਾਰ ਵੀ ਬਦਲੇ ਅਤੇ ਸਿਆਸਤ ਕਰਨ ਦਾ ਤਰੀਕਾ ਵੀ ਬਦਲਿਆ। ਜਦੋਂ ਤੁਸੀਂ 1984 ਦੇ ਵਿੱਚ ਇਸ ਮੁਹਿੰਮ ਦੇ ਵਿੱਚ ਆਏ, ਉਸ ਵਕਤ ਦੇ ਹਾਲਾਤ ਕੀ ਸਨ? ਅੱਜ ਜਿੱਥੇ ਹਾਲਾਤ ਪਹੁੰਚੇ ਹੋਏ ਆ ਇੰਨੇ ਸਾਲਾਂ ਦੇ ਬਾਅਦ, ਅੱਜ ਕਿੱਥੇ ਦੇਖਦੇ ਹੋ ਕਿ ਸਿੱਖ ਸਿਆਸਤ ਕਿੱਥੇ ਖੜ੍ਹੀ ਹੈ? ਉਸ ਵਕਤ ਦੇ ਜਿਹੜੇ ਹਾਲਾਤ ਸੀ ਬਹੁਤ ਹੀ ਦੁੱਖਦਾਇਕ ਹਾਲਾਤ ਸਨ ਜੀ। ਸ਼ਾਇਦ ਤੁਸੀਂ ਤਾਂ ਉਸ ਵਕਤ ਬਹੁਤ ਛੋਟੇ ਹੋਵੋ ਜੀ, ਪਰ ਜਿਨ੍ਹਾਂ ਲੋਕਾਂ ਨੇ ਆਪਣੇ ਪਿੰਡੇ 'ਤੇ ਹੰਢਾਇਆ ਉਹ ਦਿਨ, ਅਤੇ ਹਰ ਇੱਕ ਸਿੱਖ ਦਾ ਹਿਰਦਾ ਜਿਹੜਾ ਬਲੂੰਦਰਿਆ ਗਿਆ ਸੀ ਵੀ ਭਾਰਤ ਸਰਕਾਰ ਨੇ ਬਹੁਤ ਵੱਡਾ ਜ਼ੁਲਮ ਜਿਹੜਾ ਇੱਕ ਮੱਕੇ ਮਦੀਨੇ ਦੇ ਉੱਤੇ ਸਿੱਖਾਂ ਦਾ ਜਿਹੜਾ ਸੀ ਉਹਦੇ ਉੱਤੇ ਹਮਲਾ ਕੀਤਾ। ਹਰ ਸਿੱਖ, ਹਰ ਇੱਕ ਚੰਗੀ ਸੋਚ ਰੱਖਣ ਵਾਲਾ ਵਿਅਕਤੀ ਜੋ ਹਰ ਇੱਕ ਇਨਸਾਨ ਸੀ, ਪੰਜਾਬੀ ਸੀ, ਹਰ ਇੱਕ ਦੁਖੀ ਹੋਇਆ ਅਤੇ ਹਰ ਇੱਕ ਨੇ ਆਪਣਾ ਆਪਣਾ ਜਿੰਨਾ ਵੀ ਯੋਗਦਾਨ ਹੋ ਸਕਦਾ ਸੀ ਆਪਣਾ ਗੌਰਮੈਂਟ ਦੇ ਖਿਲਾਫ ਉਸ ਵਕਤ ਕੱਢਿਆ ਜੀ। ਜੰਡਾਲੀ ਜੀ, ਤੁਸੀਂ ਜਿਵੇਂ ਡਿਕਸੀ ਗੁਰਦੁਆਰਾ ਸਾਹਿਬ ਦੇ ਨਾਲ ਵੀ ਲਗਾਤਾਰ ਜੁੜੇ ਰਹੇ ਹੋ, ਪ੍ਰਬੰਧ ਦੇ ਨਾਲ ਜੁੜੇ ਰਹੇ ਹੋ, ਉਸ ਤੋਂ ਇਲਾਵਾ ਤੁਸੀਂ ਓਨਟਾਰੀਓ ਸਿੱਖ ਗੁਰਦੁਆਰਾ ਕੌਂਸਲ ਦੇ ਨਾਲ ਵੀ ਲਗਾਤਾਰ ਵਾਬਸਤਾ ਰਹੇ ਹੋ, ਤੁਸੀਂ ਹਰੇਕ ਪੜਾਅ ਦੇਖਿਆ ਇੰਨੇ ਸਾਲਾਂ ਦੇ ਵਿੱਚ ਸਿੱਖ ਸਿਆਸਤ ਦੇ ਵਿੱਚ, ਹੁਣ ਇਹ ਸਾਲ ਚੜ੍ਹਨ ਦੇ ਨਾਲ ਹੀ ਅਜਿਹਾ ਕੀ ਵਾਪਰਿਆ, ਅਜਿਹਾ ਕੀ ਹੋਇਆ? ਅਸੀਂ ਇਹ ਪ੍ਰੋਗਰਾਮ ਵਿੱਚ ਪਹਿਲਾਂ ਹੀ ਪੁੱਛ ਚੁੱਕੇ ਹਾਂ ਵੀ ਅਜਿਹਾ ਅਚਾਨਕ ਕੀ ਹੋਇਆ ਕਿ ਇਹ ਐਲਾਨ ਕਰਨੇ ਪੈ ਗਏ ਮੰਚਾਂ ਦੇ ਉੱਪਰੋਂ ਕਿ ਭਾਰਤੀ ਅਧਿਕਾਰੀ ਜਾਂ ਭਾਰਤੀ ਕੌਂਸਲ ਨਾਲ ਜੁੜੇ ਅਧਿਕਾਰੀ ਜਿਹੜੇ ਆ ਉਹ ਕੋਈ ਵੀ ਮੰਚ ਸਾਂਝਾ ਨਹੀਂ ਕਰ ਸਕਦੇ, ਬਤੌਰ ਸ਼ਰਧਾਲੂ ਉਸ ਗੁਰਦੁਆਰਾ ਸਾਹਿਬਾਨ ਦੇ ਵਿੱਚ ਆ ਸਕਦੇ ਆ? ਤੇਜਾ ਜੀ, ਮੈਂ ਹੈਰਾਨ ਹਾਂ ਆਪ ਇਸ ਗੱਲ ਤੋਂ ਕਿ ਮੈਂ 1984 ਤੋਂ ਲੈ ਕੇ ਡਿਕਸੀ ਗੁਰਦੁਆਰੇ ਦੇ ਨਾਲ ਜ਼ਿਆਦਾ ਮੇਰਾ ਮਤਲਬ ਵਾਹ ਵਾਸਤਾ ਰਿਹਾ। ਮੈਂ ਟਾਈਮ ਟਾਈਮ 'ਤੇ ਡਿਕਸੀ ਗੁਰਦੁਆਰੇ ਦੀ ਐਗਜੈਕਟਿਵ ਕਮੇਟੀ ਦੇ ਵਿੱਚ ਰਿਹਾ ਅਤੇ ਪਿਛਲੇ 12-13 ਸਾਲ ਮੈਂ ਅਜੇ ਜਨਰਲ ਸੈਕਟਰੀ ਉੱਥੇ ਸੇਵਾ ਨਿਭਾਈ ਹੈ ਜੀ, ਅਤੇ ਆਪਣੀ ਓਨਟਾਰੀਓ ਗੁਰਦੁਆਰਾ ਕੌਂਸਲ ਦੇ ਵਿੱਚ ਮੈਂ ਹਮੇਸ਼ਾ ਮੂਹਰੇ ਹੋ ਕੇ ਕੰਮ ਕੀਤਾ,
ਤੇ ਦੋ ਟਰਮਾਂ ਮੈਂ ਉੱਥੇ ਐਜ ਏ ਪ੍ਰਧਾਨ ਕੰਮ ਕੀਤਾ ਤੇ ਮੇਰਾ ਖਿਆਲ ਪਿਛਲੇ ਸਮੇਂ ਦੇ ਵਿੱਚ ਸਾਨੂੰ ਕਦੇ ਵੀ ਕਿਸੇ ਸਰਕਾਰੀ ਅਧਿਕਾਰੀ ਵੱਲੋਂ ਜੀ ਨਾ ਕਿਸੇ ਕੌਂਸਲੇਟ ਵੱਲੋਂ ਨਾ ਕਿਸੇ ਰਾਜਨੀਤਿਕ ਨੇਤਾ ਵੱਲੋਂ ਇੰਡੀਆ ਦੇ ਵੱਲੋਂ ਕਦੇ ਵੀ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ ਗਈ। ਅੱਛਾ ਜੀ। ਕਦੇ ਵੀ ਡਿਕਸੀ ਗੁਰਦੁਆਰੇ ਦੇ ਵਿੱਚ ਕੌਂਸਲੇਟ ਸਾਹਿਬ ਆਏ ਨੇ, ਇੱਕ ਦੋ ਵਾਰ ਦੋ ਤਿੰਨ ਵਾਰੀ ਆਏ ਨੇ ਸਾਡੇ ਟਾਈਮ ਦੇ ਵਿੱਚ ਆਏ ਨੇ, ਮੱਥਾ ਟੇਕ ਕੇ ਚਲੇ ਗਏ ਨੇ, ਕੋਈ ਵੀ ਕਿਸੇ ਨੇ ਟਾਈਮ ਨਹੀਂ ਮੰਗਿਆ ਸਾਡੇ ਤੋਂ, ਕਦੀ ਕਿਸੇ ਅਧਿਕਾਰੀ ਨੇ ਕਿਹਾ ਹੀ ਨਹੀਂ ਕਿ ਮੈਂ ਮੰਚ ਤੋਂ ਬੋਲਣਾ। ਹਾਂ, ਦੇਖੋ ਮੇਰੀ ਗੱਲ ਸੁਣੋ ਜੀ, ਜਿਹੜਾ ਮੱਥਾ ਟੇਕਣ ਦਾ ਸਵਾਲ ਆ, ਸਾਡੇ ਗੁਰੂਆਂ ਨੇ ਚਾਰ ਦਰਵਾਜ਼ੇ ਰੱਖੇ ਨੇ ਜੀ, ਕਿਸੇ ਵੀ ਦਿਸ਼ਾ ਤੋਂ ਆ ਕੇ ਕੋਈ ਵੀ ਲਿੰਗ ਭਾਵ ਤੋਂ ਬਗੈਰ ਆ ਕੇ ਗੁਰਦੁਆਰੇ ਦੇ ਵਿੱਚ ਮੱਥਾ ਟੇਕ ਸਕਦਾ ਜੀ। ਜਿਹੜਾ ਹੈਗਾ ਸਟੇਜ ਤੋਂ ਬੋਲਣਾ, ਉਹ ਗੁਰਦੁਆਰੇ ਦੀ ਜਿਹੜੀ ਪ੍ਰਬੰਧਕ ਕਮੇਟੀ ਹੁੰਦੀ ਉਹਦਾ ਅਧਿਕਾਰ ਹੈ ਜੀ, ਉਹ ਕਿਸੇ ਨੂੰ ਟਾਈਮ ਦੇਵੇ ਜਾਂ ਨਾ ਦੇਵੇ। ਬਿਲਕੁਲ ਸਹੀ। ਪਰ ਸਾਡੇ ਟਾਈਮ ਦੇ ਵਿੱਚ ਕਦੇ ਵੀ ਕਿਸੇ ਅਧਿਕਾਰੀ ਨੇ, ਕੌਂਸਲੇਟ ਨੇ ਕਦੇ ਵੀ ਟਾਈਮ ਨਹੀਂ ਮੰਗਿਆ ਜੀ। ਪਰ ਰਾਜਨੀਤਿਕ ਬੰਦੇ ਇੰਡੀਆ ਤੋਂ ਆ ਕੇ ਅਸੀਂ ਬੁਲਾਉਂਦੇ ਰਹੇ ਹਾਂ, ਕਦੇ ਕੋਈ ਐਸੀ ਗੱਲ ਨਹੀਂ ਹੋਈ। ਬਿਲਕੁਲ ਸਹੀ। ਈਵਨ ਕੈਪਟਨ ਅਮਰਿੰਦਰ ਸਿੰਘ ਬੋਲ ਕੇ ਗਿਆ ਡਿਕਸੀ ਗੁਰਦੁਆਰਾ ਸਾਹਿਬ ਦੇ ਵਿੱਚ ਜੀ। ਅੱਛਾ ਜੀ। ਹਾਂਜੀ। ਭਾਰਤ ਦੇ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਜੀ ਦੋ ਵਾਰ ਡਿਕਸੀ ਗੁਰਦੁਆਰਾ ਸਾਹਿਬ ਦੇ ਵਿੱਚ ਬੋਲ ਕੇ ਗਏ ਨੇ। ਅੱਛਾ ਜੀ। ਕਦੇ ਕਿਸੇ ਨੇ ਬੰਦ ਨਹੀਂ ਕੀਤਾ ਜੀ, ਉਹਨਾਂ ਨੂੰ ਸਵਾਗਤ ਵੀ ਕੀਤਾ ਗਿਆ। ਕਾਂਗਰਸੀ ਬੋਲੇ ਨੇ, ਕਾਮਰੇਡ ਵੀ ਬੋਲੇ ਨੇ ਜੀ, ਰਾਜਨੀਤਿਕ ਬੰਦੇ ਬੋਲੇ ਨੇ, ਪਰ ਕੌਂਸਲੇਟ ਨੇ ਕਦੇ ਆ ਕੇ ਟਾਈਮ ਨਹੀਂ ਮੰਗਿਆ, ਨਾ ਉਹ ਆਇਆ ਦੋ ਚਾਰ ਵਾਰੀ ਮੱਥਾ ਟੇਕ ਕੇ ਮੁੜ ਗਏ ਨੇ। ਉਹਨਾਂ ਨੂੰ ਕੋਈ ਜ਼ਰੂਰਤ ਕੀ ਹੈ ਬੋਲਣ ਦੀ? ਬੋਲਣ ਦੀ ਜ਼ਰੂਰਤ ਕੋਈ ਕਿਹਾ ਹੀ ਨਹੀਂ ਕਿਸੇ ਨੇ ਸਾਨੂੰ। ਅਤੇ ਫਿਰ ਇਹ ਐਲਾਨ ਕਰਨ ਦੀ ਜ਼ਰੂਰਤ ਕਿਉਂ ਪਈ? ਫਿਰ ਤੁਸੀਂ ਦੱਸੋ ਤੁਸੀਂ ਇਸੇ ਗੱਲ ਤੋਂ ਅਸੀਂ ਹੈਰਾਨ ਹਾਂ ਵੀ ਉਹਨਾਂ ਦਿਨਾਂ ਵਿੱਚ, ਮੈਂ ਤਾਂ ਉਹਨਾਂ ਵੀਰਾਂ ਤੋਂ ਹੈਰਾਨ ਹਾਂ ਜਿਨ੍ਹਾਂ ਨੇ ਐਲਾਨ ਕੀਤਾ ਜੀ। ਮੈਂ ਉਹ ਵੀ ਗੱਲ ਇੱਕ ਤੁਹਾਡੇ ਨਾਲ ਜ਼ਰੂਰ ਮੇਰੇ ਮਨ ਦੇ ਵਿੱਚ ਮੈਂ ਸਾਂਝੀ ਕਰਾਂ। ਬਿਲਕੁਲ ਜੀ, ਬਿਲਕੁਲ। ਕਿਉਂਕਿ ਇਹਨਾਂ ਵੀਰਾਂ ਦਾ, ਇਹਨਾਂ ਸਾਡੇ ਸਿੱਖ ਵੀਰਾਂ ਦੇ ਦੋ ਫੇਸ ਨੇ। ਅੱਛਾ ਜੀ। ਇੱਕ ਪਾਸੇ ਤਾਂ ਕੌਂਸਲੇਟ ਦੇ ਨਾਲ ਉਹਨੂੰ ਸਦਭਾਵਨਾ ਦਾ ਡਿਨਰ ਦੇ ਰਹੇ ਨੇ। ਅੱਛਾ ਜੀ। ਬੁਖਾਰਾ ਰੈਸਟੋਰੈਂਟ ਦੇ ਵਿੱਚ ਡਿਨਰ ਕੀਤਾ ਜਾ ਰਿਹਾ। ਅੱਛਾ ਜੀ। ਦੂਸਰੇ ਪਾਸੇ ਉਹੀ ਵੀਰ ਪਿਕਚਰ ਦੇ ਵਿੱਚ ਖੜੇ ਨੇ ਜੀ, ਅਤੇ ਉਹਦਾ ਬਾਈਕਾਟ ਕਰ ਰਹੇ ਨੇ। ਅੱਛਾ। ਹਾਂ, ਜਿਹੜਾ ਡਿਨਰ ਕੀਤਾ ਹੈ ਜੀ, ਉਹਦੀ ਆ ਮੇਰੇ ਕੋਲ ਬਿੱਲ ਪਿਆ। ਵਾਹ। ਗੁਰੂ ਜੀ ਗੋਲਕ ਦੇ ਵਿੱਚੋਂ ਪੈਸੇ ਦਿੱਤੇ ਗਏ ਨੇ ਕੌਂਸਲੇਟ ਨੂੰ ਡਿਨਰ ਕਰਨ ਦੇ। ਅੱਛਾ। ਇਹ ਦੋਹਰਾ ਚਿਹਰਾ ਜਿਹੜਾ, $349 ਦਾ ਬਿੱਲ ਗੁਰੂ ਜੀ ਗੋਲਕ ਨੂੰ ਦਿੱਤਾ। ਅੱਛਾ ਜੀ। ਅਤੇ ਬੁਖਾਰਾ ਰੈਸਟੋਰੈਂਟ ਦੇ ਵਿੱਚ ਚੈੱਕ ਦਿੱਤਾ ਗਿਆ, ਉੱਥੇ ਡਿਨਰ ਕੀਤਾ ਜੀ। ਇਹੀ ਵੀਰ ਜੀ ਉਸ ਦਿਨ ਬਾਈਕਾਟ ਕਰਨ ਦੇ ਵਿੱਚ ਪਿਕਚਰ ਦੇ ਵਿੱਚ ਖੜੇ ਨੇ। ਅੱਛਾ ਜੀ। ਅਤੇ ਸੰਗਤਾਂ ਨੂੰ ਅਸੀਂ ਬਾਈਕਾਟ ਕਰਨ ਦੇ ਸੱਦੇ ਦੇ ਰਹੇ ਹਾਂ, ਦੂਸਰੇ ਪਾਸੇ ਅਸੀਂ ਉਹਨਾਂ ਨਾਲ ਸਦਭਾਵਨਾ ਦੇ ਡਿਨਰ ਕਰ ਰਹੇ ਹਾਂ। ਅੱਛਾ। ਇਹ ਦੂਹਰਾ ਫੇਸ ਕਿਉਂ ਹੈ? ਮਤਲਬ ਸਿੱਖ ਕੌਮ ਨੂੰ ਇੱਕ ਤਰੀਕੇ ਨਾਲ ਭੰਬਲ ਭੂਸੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਗੁਰੂ ਦੀ ਗੋਲਕ ਵਿੱਚੋਂ ਪੈਸੇ ਖਰਚੇ ਜਾ ਰਹੇ ਹੈ ਡਿਨਰ ਕਰਾਉਣ ਵਾਸਤੇ। ਹਾਂਜੀ। ਤੇ ਉਸੇ $349 ਗੁਰੂ ਦੀ ਗੋਲਕ ਚੋਂ ਦਿੱਤੇ ਗਏ। ਅੱਛਾ ਜੀ। ਹਾਂਜੀ। ਤੇ ਉਸੇ ਗੁਰਦੁਆਰੇ ਤੋਂ ਐਲਾਨ ਕੀਤਾ ਜਾ ਰਿਹਾ ਕਿ ਜੀ ਤੁਸੀਂ ਕੌਂਸਲ ਦੇ ਕੋਈ ਅਧਿਕਾਰੀ ਨਹੀਂ? ਗੁਰਦੁਆਰੇ ਚੋਂ ਨਹੀਂ ਹੈ, ਕੌਂਸਲ ਦੇ ਅਕਾਊਂਟ ਚੋਂ ਦਿੱਤੇ ਗਏ। ਕੌਂਸਲ ਦੇ? ਹਾਂਜੀ। ਕੌਂਸਲ ਦੇ ਅਧਿਕਾਰੀ ਉੱਥੇ ਕੁਝ ਉਸ ਵੇਲੇ ਬਾਈਕਾਟ ਕਰਨ ਦੇ ਵਿੱਚ ਸ਼ਾਮਿਲ ਖੜੇ ਨੇ, ਮੈਂ ਫੋਟੋਆਂ 'ਚ ਦੇਖ ਰਿਹਾ ਜੀ ਜੀ, ਜਿਹੜੇ ਇੰਟਰਨੈਟ 'ਤੇ ਫੋਟੋਆਂ ਪਾਈਆਂ ਹੋਈਆਂ ਨੇ। ਅੱਛਾ ਜੀ। ਦੂਸਰੀ ਗੱਲ, ਜਿਹੜਾ ਨਵੇਂ ਸਾਲ ਦੇ ਉੱਤੇ ਜੀ ਪ੍ਰਧਾਨ ਸਾਹਿਬ ਬਾਈਕਾਟ ਦਾ ਸੱਦਾ ਦੇ ਰਹੇ ਨੇ ਡਿਕਸੀ ਗੁਰਦੇ ਵਿੱਚ ਖੜ ਕੇ ਜੀ, ਉਹ ਉਸ ਵਕਤ ਬਾਈਕਾਟ ਦਾ ਸੱਦਾ ਦੇ ਰਹੇ ਨੇ। ਅਸਲ ਵਿੱਚ ਤੀਜਾ ਜੀ, ਨਵੇਂ ਸਾਲ ਦੇ ਉੱਤੇ ਅਸੀਂ ਲੋਕਾਂ ਨੂੰ ਪਿਆਰ ਦਾ ਸੰਦੇਸ਼ ਦੇਣ ਜਾਂਦੇ ਹਾਂ ਜੀ। ਬਿਲਕੁਲ ਸਹੀ। ਨਵੇਂ ਸਾਲ ਦੇ ਉੱਤੇ ਸੰਗਤਾਂ ਨੂੰ ਅਸੀਂ ਸਟੇਜ ਦੇ ਉੱਤੋਂ ਪਿਆਰ ਦਾ ਸੰਦੇਸ਼ ਦੇਣਾ ਹੁੰਦਾ, ਨਾ ਕਿ ਨਫ਼ਰਤ ਦਾ ਸੰਦੇਸ਼ ਜੀ, ਨਾ ਕਿ ਬਾਈਕਾਟ ਦਾ ਸੰਦੇਸ਼ ਜੀ। ਜਦੋਂ ਪ੍ਰਧਾਨ ਸਾਹਿਬ ਬਾਈਕਾਟ ਦਾ ਸੰਦੇਸ਼ ਦੇ ਰਹੇ ਨੇ, ਉਸ ਵਕਤ ਉਹਦੇ ਦੋ ਸੱਜੇ ਪਾਸੇ ਉਹਦੇ ਹੀ ਜੀ ਕਮੇਟੀ ਮੈਂਬਰ, ਇੱਕ ਸੁਪਰ ਪ੍ਰਧਾਨ ਜੀ ਕੋਲੇ ਖੜੇ ਨੇ, ਜਿਹੜੇ ਇਸ ਡਿਨਰ ਦੇ ਵਿੱਚ ਸ਼ਾਮਿਲ ਨੇ। ਅੱਛਾ ਜੀ। ਠੀਕ। ਉਹ ਨਾ ਖੜੇ ਨੇ ਸਟੇਜ 'ਤੇ, ਉਧਰ ਬਾਈਕਾਟ ਦਾ ਸੱਦਾ ਦਿੱਤਾ ਜਾ ਰਿਹਾ। ਮੈਨੂੰ ਸਮਝ ਨਹੀਂ ਲੱਗ ਰਹੀ ਵੀ ਇਹ ਹੋ ਕੀ ਰਿਹਾ ਜੀ। ਅੱਛਾ, ਇਹ ਤਾਂ ਹੋ ਰਿਹਾ। ਮੈਂ ਇੱਕ ਜਿਹੜੀ ਆਪਾਂ ਤੁਹਾਡੇ ਨਾਲ ਗੱਲ ਹੋਰ ਵੀ ਸਾਂਝੀ ਕਰਨੀ ਹੈ ਕਿ ਸਿੱਖ ਧਰਮ ਦੇ ਵਿੱਚ ਕਦੀ ਵੀ ਅਸੀਂ ਕਿਸੇ ਨੂੰ ਮੰਦੀ ਸ਼ਬਦਾਵਲੀ ਨਹੀਂ ਬੋਲਦੇ। ਹਮੇਸ਼ਾ ਸ਼ਬਦਾਂ ਜੋ ਤੁਸੀਂ ਆਲੋਚਨਾ ਵੀ ਕਰਨੀ ਹੈ ਤਾਂ ਬੜੇ ਚੰਗੇ ਸ਼ਬਦ ਉਹਦੇ ਵਾਸਤੇ ਵਰਤੇ ਜਾਂਦੇ ਆ। ਪਿਛਲੇ ਦਿਨੀ ਅਸੀਂ ਇਸੇ ਹੀ ਮੰਚ 'ਤੇ ਇੱਕ ਪ੍ਰੋਗਰਾਮ ਕੀਤਾ ਸੀ, ਸਾਡੇ ਨਾਲ ਤੁਹਾਡੇ ਸ਼ਾਇਦ ਪੁਰਾਣੇ ਸਾਥੀ ਰਹੇ, ਸਿੱਖ ਸਿਆਸਤ ਨਾਲ ਜੁੜੇ ਹੋਏ ਵੀ ਲੰਬੇ ਸਮੇਂ ਤੋਂ, ਇੰਦਰਜੀਤ ਸਿੰਘ ਬੱਲ ਆਏ ਸੀ। ਬਿਲਕੁਲ। ਉਹਨਾਂ ਨੇ ਵੀ ਕੁਛ ਆਪਣੇ ਵਿਚਾਰ ਇਹਦੇ ਬਾਰੇ ਰੱਖੇ ਸੀ, ਪਰ ਜਦੋਂ ਉਹ ਸੋਸ਼ਲ ਮੀਡੀਆ ਦੇ ਉੱਪਰ ਗਿਆ ਅਤੇ ਜਿਸ ਤਰ੍ਹਾਂ ਦੀ ਸ਼ਬਦਾਵਲੀ, ਭੱਦੀ ਸ਼ਬਦਾਵਲੀ ਉਹਨਾਂ ਦੇ ਖਿਲਾਫ਼ ਵਰਤੀ ਗਈ ਹੈ, ਅਜਿਹੀ ਸ਼ਬਦਾਵਲੀ ਵਰਤਣ ਵਾਲੇ ਲੋਕ ਕੌਣ ਹੁੰਦੇ ਨੇ? ਉਹ ਦੇਖੋ ਜੀ, ਸਿੱਖੀ ਭੇਸ ਦੇ ਵਿੱਚ ਜੀ ਸਿੱਖ ਕੌਮ ਨੂੰ ਨੁਕਸਾਨ ਪਹੁੰਚਾ ਰਹੇ ਨੇ ਜੀ। ਅੱਜ ਸਾਡਾ ਸਿੱਖਾਂ ਦਾ ਜਿਹੜਾ ਅਕਸ ਹੈ ਉਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਿੱਖਾਂ ਨੂੰ ਤਲਵਾਨਾਂ ਦੇ ਨਾਲ ਜੋੜ ਕੇ ਦਿਖਾਇਆ ਜਾ ਰਿਹਾ। ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਾਂਗਾ
कि किसी नूं भी फेसबुक के उत्ते जाके तुसी इह जी भद्दी शब्दावली जां किसी नूं मारन दी धमकी देनी, बिल्कुल असीं ऐसे जे कंट्री दे विच रहिंदे आं जिथे कानून काम करदा है जी, असीं कदे भी इहो जी गल ना करिए। इत्थों दीआं एजेंसियां बहुत नेड़े होकर देख रही हैं, पुलिस देख रही है, असी किसी नूं भी मारन की धमकी ना दईए। मैं पुरजोर शब्दों के विच इहे जिहड़े वीर काम करते हैं उन्होंने निखेधी करदा जी कि जिहड़े किसी नूं मारन दीआं धमकियां जां किसी नूं डराउण दीआं धमकियां दिंदे ने इह सभ्या कंट्री दे विच वाजब नहीं है। मेरा सवाल फिर उस तों बाद उत्थे ही फिर खड़ा मेरा कि बाइकाट होंद विच किवें आया, ਇਹਦੇ ਪਿੱਛੇ ਕੀ ਮਾਨਸਿਕਤਾ ਕੰਮ ਕੀਤੀ ਹੈ? ਇਹ ਜ਼ਰੂਰਤ ਹੈ ਨਹੀਂ ਸੀ ਜਦੋਂ ਤੁਸੀਂ ਆਖ ਰਹੇ ਹੋ ਕਿ ਕਿਸੇ ਅਧਿਕਾਰੀ ਨੇ ਅੱਜ ਤੱਕ ਕਿਹਾ ਹੀ ਨਹੀਂ ਕਿ ਮੈਂ ਮੰਚ ਸਾਂਝਾ ਕਰਨਾ ਜਾਂ ਬੋਲਣਾ ਕੁਛ, ਜਦੋਂ ਕਿਸੇ ਨੇ ਕਿਹਾ ਨਹੀਂ, ਇਹ ਫਿਰ ਇਹ ਮਾਨਸਿਕਤਾ ਕੀ ਕੰਮ ਕਰ ਰਹੀ ਹੈ? ਦੇਖੋ ਤੇਜਾ ਜੀ, ਮੈਂ ਪਹਿਲਾਂ ਵੀ ਇੱਕ ਹੋਰ ਸਟੇਸ਼ਨ ਦੇ ਉੱਤੇ ਦੂਜੇ ਤੀਜੇ ਦਿਨ ਇਹ ਇੰਟਰਵਿਊ ਦਿੱਤੀ ਸੀ ਕਿ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਜੀ ਜਸਟਿਨ ਟਰੂਡੋ ਸਾਹਿਬ ਇੱਕ ਟਰੇਡ ਮਿਸ਼ਨ ਦੇ ਉੱਤੇ ਭਾਰਤ ਸਰਕਾਰ ਭਾਰਤ ਵਿੱਚ ਜਾ ਰਹੇ ਨੇ ਜੀ ਜੀ, ਉਸ ਟਰੇਡ ਮਿਸ਼ਨ ਨੂੰ ਫੇਲ ਕਰਨ ਦੇ ਲਈ ਤਾਂ ਕਿ ਭਾਰਤ ਅਤੇ ਇੰਡੀਆ ਦੇ ਜਿਹੜੇ ਸੰਬੰਧ ਨੇ ਉਹ ਮਜ਼ਬੂਤ ਨਾ ਹੋ ਸਕਣ, ਭਾਰਤ ਅਤੇ ਕੈਨੇਡਾ ਦੇ, ਹਾਂ ਭਾਰਤ ਅਤੇ ਕੈਨੇਡਾ ਦੇ ਜਿਹੜੇ ਸੰਬੰਧ ਨੇ ਉਹ ਮਜ਼ਬੂਤ ਨਾ ਹੋ ਸਕਣ, ਉਹਨਾਂ ਨੂੰ ਤਾਰ ਪੀਡੋ ਕਰਨ ਲਈ ਇਸ ਵਕਤ ਇਹ ਮੁੱਦਾ ਉਠਾਇਆ ਗਿਆ। ਅੱਛਾ ਜੀ, ਮੈਂ ਕੱਲ੍ਹ ਵੀ ਇੱਕ ਸੁਣ ਰਿਹਾ ਸੀ ਇੱਕ ਵੀਰ ਨੂੰ ਇੱਕ ਰੇਡੀਓ ਦੇ ਉੱਤੇ, ਅਤੇ ਉਹ ਕਹਿ ਰਿਹਾ ਸੀ ਕਿ ਵੱਧ ਤੋਂ ਵੱਧ ਆਪਾਂ ਟਰੂਡੋ ਸਾਹਿਬ ਨੂੰ ਈਮੇਲਾਂ ਭੇਜੋ, ਵੱਧ ਤੋਂ ਵੱਧ ਚਿੱਠੀਆਂ ਲਿਖੋ, ਭਾਰਤ ਸਰਕਾਰ ਨਾਲ ਕੋਈ ਟਰੇਡ ਕਰਨ ਦਾ ਮਤਲਬ ਨਹੀਂ, ਉਹਨਾਂ ਦਾ ਅੱਗੇ ਕੋਈ ਝੁਕਣ ਦਾ ਮਤਲਬ ਨਹੀਂ। ਉਹ ਮੇਰੇ ਵੀਰੋ, ਅਸੀਂ ਅੱਜ ਦੁਨੀਆ ਵਪਾਰ ਦੇ ਉੱਤੇ ਖੜੀ ਹੈ, ਦੁਨੀਆ ਰੁਜ਼ਗਾਰ ਦੇ ਉੱਤੇ ਖੜੀ ਹੈ, ਜੇ ਅਸੀਂ ਕਿਸੇ ਕੰਟਰੀ ਨਾਲ ਵੱਧ ਤੋਂ ਵੱਧ ਟਰੇਡ ਕਰਾਂਗੇ, ਅਸੀਂ ਵੱਧ ਤੋਂ ਵੱਧ ਖੁਸ਼ਹਾਲ ਹੋਵਾਂਗੇ, ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੂਗਾ। ਅੱਜ ਚਾਈਨਾ ਵੀ ਦੇਖ ਲਓ ਤੁਹਾਡੇ ਸਾਹਮਣੇ ਆ, ਟਰੇਡ ਦੇ ਉੱਤੇ ਆ ਕੇ ਉਹਨਾਂ ਨੇ ਆਪਦੀ ਸਾਰੀ ਪਾਲਿਸੀ ਬਦਲ ਲਈ ਹੈ ਦੁਨੀਆ ਟਰੇਡ ਕਰਨ ਲਈ। ਤੁਸੀਂ ਇੱਕ ਪਾਸੇ ਵੇਖੋ ਨਾ, ਚੀਨ ਅਤੇ ਭਾਰਤ ਦੇ ਸਰਹੱਦੀ ਮਸਲਿਆਂ ਨੂੰ ਲੈ ਕੇ ਉਹਨਾਂ ਦੇ ਕਈ ਤਰ੍ਹਾਂ ਸੰਬੰਧ ਵਿਗੜਦੇ ਨੇ, ਪਰ ਵਪਾਰਕ ਸੰਬੰਧ ਜਿਹੜੇ ਨੇ ਉਹ ਉਸੇ ਮਜ਼ਬੂਤੀ ਨਾਲ ਚੱਲਦੇ ਰਹਿੰਦੇ, ਉਸੇ ਤਰ੍ਹਾਂ ਰਹਿੰਦੇ ਆ ਜੀ। ਮੈਂ ਤਾਂ ਸਮਾਂ 'ਤੇ ਇਸ ਗੱਲ ਦੇ ਉੱਤੇ ਹਾਮੀ ਹਾਂ ਕਿ ਸਾਡੇ ਵੱਧ ਤੋਂ ਵੱਧ ਇੰਡੀਆ ਅਤੇ ਕੈਨੇਡਾ ਦੇ ਸੰਬੰਧ ਮਜ਼ਬੂਤ ਹੋਣੇ ਚਾਹੀਦੇ ਨੇ, ਵੱਧ ਤੋਂ ਵੱਧ ਟਰੇਡ ਹੋਣਾ ਚਾਹੀਦਾ, ਟਰੂਡੋ ਸਾਹਿਬ ਨੂੰ ਵੱਧ ਤੋਂ ਵੱਧ ਉੱਥੇ ਜਾ ਕੇ ਬਿਜ਼ਨਸ ਕਰਨਾ ਚਾਹੀਦਾ ਅਤੇ ਆਪ ਦੇਣਾ ਚਾਹੀਦਾ। ਬਿਲਕੁਲ, ਅਤੇ ਕਿਸੇ ਨੂੰ ਵੀ ਕਿਸੇ ਵੀ ਦਬਾਅ ਦੇ ਥੱਲੇ ਆ ਕੇ ਕੋਈ ਗੱਲ ਨਹੀਂ ਕਰਨੀ ਚਾਹੀਦੀ। ਜਿਹੜੇ ਸਾਡੇ ਇੰਡੀਆ ਦੇ ਆਪਸ ਵਿੱਚ ਹੀ ਕੈਨੇਡਾ ਦੇ ਨਾਲ ਸੰਬੰਧ ਨੇ, ਉਹਨਾਂ ਨੂੰ ਹੋਰ ਵੀ ਮਜ਼ਬੂਤ ਕਰਨਾ ਚਾਹੀਦਾ। ਜਿਹੜੀਆਂ ਇਹ ਏਜੰਸੀਆਂ ਇਹਨੂੰ ਖਰਾਬ ਕਰਨਾ ਚਾਹੁੰਦੀਆਂ ਨੇ, ਇਹਨਾਂ ਤੋਂ ਉੱਪਰ ਉੱਠ ਕੇ ਸਾਨੂੰ ਲੋਕਾਂ ਨੂੰ ਵੀ ਜਿਹੜੇ ਅਸੀਂ ਟੀ ਵੀ ਦੇਖ ਰਹੇ ਨੇ ਉਹਨਾਂ ਨੂੰ ਇਹਨਾਂ ਲੋਕਾਂ ਨੂੰ ਪਛਾਣਨ ਦੀ ਲੋੜ ਹੈ। ਬਿਲਕੁਲ ਜੀ, ਮੈਂ ਬੇਨਤੀ ਕਰਾਂਗਾ ਕਿ ਆਪਾਂ ਇਹਨਾਂ ਲੋਕਾਂ ਨੂੰ ਪਛਾਣੀਏ ਅਤੇ ਇਹਨਾਂ ਦੇ ਜ਼ਰੂਰ ਆਪਾਂ ਖਿਲਾਫ਼ ਆਵਾਜ਼ ਉਠਾਈਏ। ਜੇ ਆਪਾਂ ਘਰਾਂ ਵਿੱਚ ਬਹਿ ਕੇ ਚੁੱਪ ਕਰਕੇ ਬੈਠੇ ਰਹਾਂਗੇ ਤਾਂ ਇਹ ਕਹਿਣਗੇ ਵੀ ਸਾਰੀ ਕੌਮ ਸਾਡੇ ਨਾਲ ਹੈ ਜੀ। ਅਤੇ ਜਦੋਂ ਕਿਹਾ ਜਾਂਦਾ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ, ਤੁਸੀਂ ਉਦਾਹਰਣ ਦਿੱਤੀ ਹੈ ਕਿ ਕਈ ਜਗ੍ਹਾ 'ਤੇ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਵੱਧ ਤੋਂ ਵੱਧ ਈਮੇਲ ਕਰੋ, ਵੱਧ ਤੋਂ ਵੱਧ ਸੁਨੇਹੇ ਜਿਹੜੇ ਆ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜੋ ਓਟਵਾ ਦੇ ਵਿੱਚ, ਅਤੇ ਤਾਂ ਕਿ ਇਸ ਨੂੰ ਤਾਰ ਪੀੜੋ ਕੀਤਾ ਜਾ ਸਕੇ। ਤੁਹਾਨੂੰ ਲੱਗਦਾ ਕਿ ਇਸਦਾ ਕੋਈ ਅਸਰ ਹੁੰਦਾ ਸਰਕਾਰਾਂ 'ਤੇ? ਨਹੀਂ, ਸਰਕਾਰ 'ਤੇ ਬਿਲਕੁਲ, ਇਹਦਾ ਜਿਹੜਾ ਟਰੇਡ ਦਾ ਮਿਸ਼ਨ ਆ ਉਹ ਪਹਿਲਾਂ ਹੀ ਤੈਅ ਹੋ ਚੁੱਕਿਆ ਸਾਰਾ ਕੁਛ ਜੀ, ਹੁਣ ਉਹਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਆਉਣੀ, ਨਾ ਸਰਕਾਰਾਂ ਨੇ ਕਰਨੀ ਹੈ। ਉਹਨਾਂ ਨੂੰ ਵੀ ਪਤਾ ਵੀ ਇਹ ਬੰਦੇ ਕੌਣ ਨੇ ਜੀ, ਇਹ ਬੰਦੇ ਜਾਣ ਬੁੱਝ ਕੇ ਸਾਡੇ ਬੱਚਿਆਂ ਦੇ ਰੁਜ਼ਗਾਰ 'ਚ ਲੱਤ ਮਾਰ ਰਹੇ ਨੇ ਜੀ, ਸਾਡੇ ਜਿਹੜਾ ਸਿੱਖ ਕੌਮ ਦੀ ਦਸਤਾਰ ਹੈ ਉਹਨੂੰ ਖਰਾਬ ਕਰ ਰਹੇ ਨੇ। ਅੱਜ ਸਿੱਖਾਂ ਦੀ ਚੜ੍ਹਤ ਇੰਨੀ ਕੈਨੇਡਾ ਦੇ ਵਿੱਚ ਹੋਈ ਹੈ, ਉਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ। ਅੱਛਾ ਜੀ, ਬਿਲਕੁਲ, ਜੋ ਸਿੱਖ ਕੌਮ ਨੂੰ ਮਾਣ ਸਤਿਕਾਰ ਕੈਨੇਡਾ ਦੇ ਵਿੱਚ ਲੇਬਰ ਸਰਕਾਰ ਨੇ, ਆਨਰੇਬਲ ਟਰੂਡੋ ਨੇ ਦਿੱਤਾ ਹੈ ਜੀ, ਉਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ, ਉਸ ਨੂੰ ਢਾਹ ਲਾਉਣ ਦੇ ਲਈ ਇਹ ਕੰਮ ਕੀਤੇ ਜਾ ਰਹੇ ਨੇ। ਅਤੇ ਜੇ ਮੰਨ ਲਓ ਇਹ ਢਾਹ ਲਾ ਲੈਂਦੇ, ਇਹਦਾ ਫਾਇਦਾ ਕਿਹਨੂੰ ਹੈ? ਇਹ ਫਾਇਦਾ ਜੀ ਸਿੱਖ ਕੌਮ ਤਾਂ ਨੁਕਸਾਨ ਹੀ ਨੁਕਸਾਨ ਆ ਸਿੱਖਾਂ ਦਾ, ਕਿਉਂਕਿ ਜਿੱਡਾ ਵੱਡਾ ਅੱਜ ਸਿੱਖਾਂ ਨੂੰ ਸਤਿਕਾਰ ਕੈਨੇਡਾ ਦੇ ਵਿੱਚ ਮਿਲਿਆ, ਇਹ ਨਾਗਾਹਾਂ ਨੂੰ ਮਿਲਣਾ ਨਾ ਮਿਲੇਗਾ। ਬਿਲਕੁਲ ਸਹੀ, ਸਾਡਾ ਡਿਫੈਂਸ ਮਿਨਿਸਟਰ ਅੱਜ ਦੇਖੋ ਕਿ ਇੱਥੇ ਬੈਠਾ ਜੀ, ਸਾਡਾ ਟਰੇਡ ਮਿਨਿਸਟਰ ਆਪਣੇ ਨਵਦੀਪ ਬੈਂਸ ਜੀ, ਅੱਜ ਮੇਰਾ ਖਿਆਲ ਕੈਨੇਡਾ ਦੀ ਵੱਡੀ ਇਕਨੋਮੀ ਦੇ ਉੱਤੇ ਉਹਦੇ ਸਾਈਨ ਹੋ ਰਹੇ ਨੇ ਜੀ। ਅੱਜ ਉਹ ਦੁਨੀਆ ਦੇ ਵਿੱਚ ਥਾਂ ਥਾਂ ਜਾ ਕੇ ਟਰੇਡ ਕਰ ਰਿਹਾ, ਕਿੱਡੀ ਸਾਨੂੰ ਪੋਸਟ ਮਿਲੀ ਹੈ, ਕਿੱਡੀ ਦਸਤਾਰ ਦੀ ਜਿੱਥੇ ਜਾ ਕੇ ਟਰੇਡ ਕਰਦੇ ਉੱਥੇ ਕਿੱਥੇ ਜਾਂਦਾ ਜੀ, ਦਸਤਾਰ ਦੀ ਕਿੰਨੀ ਇੱਜ਼ਤ ਹੋ ਰਹੀ ਹੈ। ਇੱਕ ਤਾਂ ਸਾਡੇ ਏਜੰਸੀਆਂ ਨਾ ਜਿਹੜੀਆਂ, ਉਹਨਾਂ ਨੂੰ ਇਹ ਚੀਜ਼ਾਂ ਹਜ਼ਮ ਨਹੀਂ ਆ ਰਹੀਆਂ, ਸਿੱਖਾਂ ਦੀ ਚੜ੍ਹਤ ਨੂੰ ਡਿੱਗਣਾ ਚਾਹੁੰਦੇ ਨੇ ਉਹ ਜੀ। ਇੱਕ ਪਾਸੇ ਤਾਂ ਹੋ ਗਿਆ ਕਿ ਕੈਨੇਡਾ ਅਤੇ ਭਾਰਤ ਦੇ ਜਿਹੜੇ ਆ ਵਪਾਰਕ ਸੰਬੰਧ ਮਜ਼ਬੂਤ ਹੋਣੇ ਚਾਹੀਦੇ ਤਾਂ ਕਿ ਦੋਨਾਂ ਦੇਸ਼ਾਂ ਨੂੰ ਹੀ ਇਸ ਦਾ ਫਾਇਦਾ ਹੋਵੇ। ਹਾਂਜੀ, ਕੀ ਇਸ ਨਾਲ ਇਹ ਵੀ ਹੋ ਰਿਹਾ ਕਿ ਜੋ ਜ਼ਖਮ ਸਿੱਖਾਂ ਦੇ ਮਨਾਂ ਅੰਦਰ ਹੈਗੇ ਆ ਉਹ ਭਰ ਜਾਣਗੇ, ਜਾਂ ਉਹ ਗੁੱਸਾ ਉਸੇ ਤਰ੍ਹਾਂ ਅੱਜ ਤੱਕ ਕਾਇਮ ਹੈ? ਜੇ ਤੁਸੀਂ ਭਾਰਤ ਸਰਕਾਰ ਨੂੰ ਕੁਛ ਕਹਿਣਾ ਚਾਹੋ, ਤੁਹਾਡੇ ਮਨ ਦੇ ਅੰਦਰ ਕੀ ਵਿਚਾਰ ਨੇ? ਹਾਂਜੀ, ਮੈਂ ਇਹ ਵੀ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗਾ। ਭਾਰਤ ਸਰਕਾਰ ਨੂੰ ਵੀ ਚਾਹੀਦਾ ਜੀ, ਸਿੱਖਾਂ ਦੇ ਵਿੱਚ 100% ਸਿੱਖ ਉਹ ਨੇ
ਜਿਨ੍ਹਾਂ ਦੇ ਵਿੱਚ 19 ਜੂਨ 1984 ਦਾ ਬਹੁਤ ਵੱਡਾ ਰੋਸ ਹੈ ਜੀ, ਕਿਉਂਕਿ ਉਸ ਵੇਲੇ ਜੂਨ 1984 ਦੇ ਵਿੱਚ ਇੱਕ ਦੇਸ਼ ਦੀ ਸਰਕਾਰ ਵੱਲੋਂ ਟੈਂਕਾਂ ਅਤੇ ਤੋਪਾਂ ਦੇ ਨਾਲ ਅਕਾਲ ਤਖ਼ਤ ਨੂੰ ਢਾਹ ਦੇਣਾ, ਉੱਥੇ ਨਿੱਕੇ ਨਿੱਕੇ ਬੱਚਿਆਂ ਦਾ ਖੂਨ ਕਰਨਾ, ਖੂਨ ਡੋਲਣਾ, ਹਰਿਮੰਦਰ ਸਾਹਿਬ ਦੇ ਵਿੱਚ ਇੱਕ ਜਿਹੜਾ ਸਾਡਾ ਧਾਰਮਿਕ ਅਕੀਦਾ ਜਿੱਥੇ ਅਸੀਂ ਜਾ ਕੇ ਸਿਰ ਝੁਕਾਉਂਦੇ ਹਾਂ ਜੀ, ਉਹਦੇ ਲਈ ਮੈਂ ਭਾਰਤ ਸਰਕਾਰ ਨੂੰ ਪੁਰਜ਼ੋਰ ਸ਼ਬਦਾਂ ਵਿੱਚ ਬੇਨਤੀ ਕਰਾਂਗਾ, ਸੰਦੇਸ਼ ਹੀ ਦੇਣਾ ਚਾਹੁੰਦਾ, ਜੇ ਸਿੱਖਾਂ ਦਾ ਗੁੱਸਾ ਠੰਡਾ ਕਰਨਾ ਨਾ ਜੀ, ਉਸ ਦੀ ਵਿਸ਼ਾਲ ਮਨ ਦੇ ਨਾਲ ਖੁੱਲ੍ਹੇ ਦਿਲ ਦੇ ਨਾਲ ਪਾਰਲੀਮੈਂਟ ਵਿੱਚ ਮੁਆਫ਼ੀ ਮੰਗਣੀ ਚਾਹੀਦੀ ਹੈ ਜੀ, ਅਤੇ ਮੁਆਫ਼ੀ ਵੀ ਪ੍ਰਧਾਨ ਮੰਤਰੀ ਵੱਲੋਂ, ਕਿਉਂਕਿ ਉਸ ਵਕਤ ਜਦੋਂ ਹੋਰ ਕੋਈ ਸਰਕਾਰ ਸੀ ਜਾਂ ਉਹ ਕਿਸੇ ਹੋਰ ਦੀ ਸਰਕਾਰ ਸੀ, ਪਰ ਉਸ ਵਕਤ ਦੂਜੀਆਂ ਰਾਜਨੀਤਿਕ ਪਾਰਟੀਆਂ ਨੇ ਵੀ ਇਸ ਹਮਲੇ ਦੀ ਹਮਾਇਤ ਕੀਤੀ ਸੀ ਜੀ, ਬਿਲਕੁਲ ਸਹੀ, ਗੁੱਸਾ ਆਪਣੀ ਥਾਂ ਉਸੇ ਤਰ੍ਹਾਂ ਹੀ ਕਾਇਮ ਹੈ, ਸਾਰੀਆਂ ਪਾਰਟੀਆਂ 'ਤੇ ਸਾਡਾ ਉਸ ਵਕਤ ਸਿੱਖਾਂ ਦਾ ਗੁੱਸਾ ਹੈ, ਬਿਲਕੁਲ ਸਾਰੀਆਂ ਪਾਰਟੀਆਂ ਉਸ ਵਕਤ ਦੀਆਂ ਕਸੂਰਦਾਰ ਨੇ, ਇਹਨਾਂ ਨੂੰ ਖੁੱਲ੍ਹੇ ਮਨ ਦੇ ਨਾਲ ਪਾਰਲੀਮੈਂਟ ਦੇ ਵਿੱਚ ਮੁਆਫ਼ੀ ਮੰਗਣੀ ਚਾਹੀਦੀ ਆ। ਦੂਸਰੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਕਿ ਨਵੰਬਰ 1984 ਦੇ ਵਿੱਚ ਜੋ ਸਿੱਖਾਂ ਦਾ ਕਤਲੇਆਮ ਦਿੱਲੀ ਦੇ ਵਿੱਚ ਕੀਤਾ ਗਿਆ, ਕਾਨਪੁਰ ਦੇ ਵਿੱਚ ਕੀਤਾ ਗਿਆ, ਅੱਜ ਉਹ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਲੋਕਾਂ ਦੇ ਬੱਚਿਆਂ ਨੂੰ ਛੱਡ ਦਿੱਤਾ ਗਿਆ। ਅਤੇ ਜੇ ਸਾਹਿਬ ਇੱਕ ਮੈਂ ਜ਼ਰੂਰ ਗੱਲ, ਤੁਸੀਂ ਉਸ ਵਕਤ ਤੁਹਾਡੇ ਮਾਤਾ ਪਿਤਾ, ਤੁਸੀਂ ਛੋਟੇ ਹੋਵੋਗੇ, ਬਿਲਕੁਲ ਤੁਹਾਡੇ ਮਾਤਾ ਪਿਤਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਅੱਗ ਲਾ ਕੇ ਟਾਇਰ ਪਾ ਕੇ ਸਾੜਿਆ ਜਾਂਦਾ ਹੋਵੇ, ਅੱਜ ਤੁਸੀਂ 40 ਸਾਲ ਦੇ ਹੋ ਗਏ, ਅਤੇ ਤੁਹਾਡੇ ਮਨ 'ਤੇ ਕੀ ਗੁਜ਼ਰੂਗੀ ਜਿਹੜੇ ਦੋਸ਼ੀ ਨੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਰੇ ਫਿਰਦੇ ਹੋ? ਬਿਲਕੁਲ ਸਹੀ, ਤੁਸੀਂ ਗੁੱਸਾ ਆਊਗਾ ਹੀ ਨਾ ਜੀ, ਵੀ ਇਹਨਾਂ ਨੂੰ ਸਜ਼ਾ ਵੀ ਨਹੀਂ ਦਿੱਤੀ ਗਈ। ਮੇਰੀ ਬੇਨਤੀ ਹੈ ਪੁਰਜ਼ੋਰ ਸ਼ਬਦਾਂ ਦੇ ਵਿੱਚ ਭਾਰਤ ਸਰਕਾਰ ਨੂੰ ਵੀ ਉਹਨਾਂ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਕਟਹਿਰੇ ਦੇ ਵਿੱਚ ਕਢਾ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਜੀ। ਉਹਨਾਂ ਦੋਸ਼ੀਆਂ ਦੀ ਗੱਲ ਕਰੀਏ ਤਾਂ ਜਗਦੀਸ਼ ਟਾਈਟਲਰ ਦੀ ਇੱਕ ਵੀਡੀਓ ਜਿਹੜੀ ਆਈ ਹੈ ਤੁਸੀਂ ਵੇਖੀ ਹੈ, ਹਾਂਜੀ, ਉਹਨੂੰ ਅੱਜ ਤੁਸੀਂ ਕਿਵੇਂ ਦੇਖ ਰਹੇ ਹੋ ਵੀ ਹੁਣ ਕੀ ਹੋਣਾ? ਜਿਹੜੀ ਜਗਦੀਸ਼ ਟਾਈਟਲਰ ਦੀ ਵੀਡੀਓ ਬਾਹਰ ਆਈ ਹੈ ਨਾ ਜੀ, ਹੁਣ ਤਾਂ ਉਹਨੇ ਆਪਣੇ ਆਪ ਇਕਬਾਲ ਕਰ ਲਿਆ ਜ਼ੁਲਮ ਨੂੰ ਜੀ, ਉਹਦੇ ਵਿੱਚ ਤਾਂ ਹੁਣ ਕਿਸੇ ਦੀ ਅਗਵਾਈ ਦੀ ਵੀ ਲੋੜ ਨਹੀਂ। ਜਦੋਂ ਆਪ ਕਹਿ ਰਹੇ ਵੀ 100 ਬੰਦੇ ਨੂੰ ਮੈਂ ਮੇਰੇ ਹੁਕਮ ਦੇ ਨਾਲ ਮਾਰਿਆ ਗਿਆ ਜੀ, ਮੈਂ ਮਾਰਿਆ ਉਹ, ਅਤੇ ਉਹਨੂੰ ਫੜ ਕੇ ਉਹ 'ਤੇ ਕੇਸ ਚਲਾਉਣਾ ਚਾਹੀਦਾ ਜੀ, ਉਹਨੂੰ ਕੋਰਟ 'ਚ ਖੜਾ ਕਰਨਾ ਚਾਹੀਦਾ ਬਗੈਰ ਕਿਸੇ ਤੋਂ ਪੁੱਛੇ ਤੋਂ ਜੀ। ਅੱਛਾ, ਇੱਕ ਜਿਹੜੀ ਚੀਜ਼, ਕਿਉਂਕਿ ਸਮਾਂ ਸਾਡੇ ਕੋਲ ਥੋੜ੍ਹਾ ਰਹਿ ਗਿਆ ਅਤੇ ਕੁਛ ਸਵਾਲ, ਜਿਹੜੇ ਸਵਾਲ 'ਤੇ ਬਹੁਤ ਸਾਰੇ ਜਿਹੜੇ ਤੁਹਾਡੇ ਨਾਲ, ਦੂਸਰੀ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ, ਬਿਲਕੁਲ, ਕਿ ਅਗਰ ਪੰਜਾਬ ਦਾ ਮਸਲਾ ਹੱਲ ਕਰਨਾ ਹੈ ਜੀ, ਤਾਂ ਪੰਜਾਬ ਦੇ ਵਿੱਚ ਸਿੱਖ ਲੀਡਰਾਂ ਨਾਲ ਟੇਬਲ 'ਤੇ ਬੈਠ ਕੇ ਜੋ ਪੰਜਾਬ ਦੇ ਮਸਲੇ ਨੇ ਉਹ ਪਹਿਲ ਦੇ ਆਧਾਰ 'ਤੇ ਹੱਲ ਕਰਨੇ ਚਾਹੀਦੇ ਨੇ। ਪੰਜਾਬ ਦੇ ਬੇਰੁਜ਼ਗਾਰੀ ਦਾ ਬਹੁਤ ਵੱਡਾ ਮਸਲਾ, ਉੱਥੇ ਬੱਚਿਆਂ ਕੋਲ ਰੁਜ਼ਗਾਰ ਹੈ ਨਹੀਂ, ਉੱਥੇ ਵੱਧ ਤੋਂ ਵੱਧ ਇੰਡਸਟਰੀ ਲੱਗਣੀ ਚਾਹੀਦੀ ਹੈ ਪੰਜਾਬ ਦੇ ਵਿੱਚ, ਇੰਡਸਟਰੀ ਉੱਥੋਂ ਮੂਵ ਹੋ ਗਈ ਕਿਉਂਕਿ ਬਾਹਰਲੀਆਂ ਸਟੇਟਾਂ ਨੂੰ ਉਹਨੇ ਸਬਸਿਡੀ ਦੇ ਤੀ, ਇੰਡਸਟਰੀ ਵਾਲੇ ਚੱਕ ਕੇ ਦੂਸਰੇ ਸੂਬਿਆਂ ਚਲੇ ਗਏ। ਪੰਜਾਬ 'ਚ ਇੰਡਸਟਰੀ ਨੂੰ ਸਬਸਿਡੀ ਦੇ ਕੇ ਵੱਧ ਤੋਂ ਵੱਧ ਉੱਥੇ ਇੰਡਸਟਰੀ ਦਿੱਤੀ ਜਾਵੇ, ਬੱਚਿਆਂ ਨੂੰ ਰੁਜ਼ਗਾਰ ਦਿੱਤਾ ਜਾਵੇ, ਉੱਥੇ ਦੇ ਪਾਣੀਆਂ ਦੇ ਮਸਲੇ ਹੱਲ ਕੀਤੇ ਜਾਣ, ਉੱਥੋਂ ਦੇ ਹੈੱਡ ਵਰਕਸ ਦਾ ਜਿਹੜਾ ਅਧਿਕਾਰ ਹੈ ਉਹ ਪੰਜਾਬ ਸਰਕਾਰ ਨੂੰ ਦਿੱਤਾ ਜਾਵੇ, ਜੋ ਸਾਡੀ ਰਾਜਧਾਨੀ ਦਾ ਮਸਲਾ ਉਹ ਪੰਜਾਬ ਸਰਕਾਰ ਨੂੰ ਦਿੱਤੀ ਜਾਵੇ, ਜੋ ਵੀ ਮਸਲੇ ਨੇ ਉੱਥੋਂ ਦੇ ਲੀਡਰ ਨਾਲ ਟੇਬਲ 'ਤੇ ਬੈਠ ਕੇ ਜਲਦੀ ਤੋਂ ਜਲਦੀ ਉਹਨਾਂ ਮਸਲਿਆਂ ਨੂੰ ਹੱਲ ਕੀਤਾ ਜਾਵੇ। ਅਤੇ ਉਹ ਜਿਹੜਾ ਬਹੁਤ ਵੱਡਾ ਕਰਜ਼ਾ ਪੰਜਾਬ ਸਰਕਾਰ ਦੇ ਸਿਰ ਪਾਇਆ ਹੋਇਆ ਜੀ, ਉਸ ਵੇਲੇ ਕਾਲੇ ਮਤਲਬ ਜਦ ਕਾਲਾ ਦੌਰ ਚੱਲ ਰਿਹਾ ਸੀ, ਮਿਲਟਰੀ ਉੱਥੇ ਗਈ ਸੀ ਜੀ, ਸਾਰਾ ਉਹ ਮਿਲਟਰੀ ਦਾ ਜੋ ਖਰਚਾ ਸੀ ਪੰਜਾਬ ਸਰਕਾਰ 'ਤੇ ਪਾਤਾ, ਉਹ ਖਰਚੇ ਨੂੰ ਹੁਣ ਤੱਕ ਪਹਿਲੀਆਂ ਸਰਕਾਰਾਂ ਵੀ ਰੋਂਦੀਆਂ ਚਲੀਆਂ ਗਈਆਂ, ਮਾਫ਼ ਨਹੀਂ ਕੀਤਾ ਕਿਸੇ ਨੇ, ਹੁਣ ਵਾਲੀ ਸਰਕਾਰ ਵੀ ਰੋ ਰਹੀ ਹੈ। ਉਸ ਭਾਰਤ ਸਰਕਾਰ ਨੂੰ ਸਾਰਾ ਜਿਹੜਾ ਸਣੇ ਵਿਆਜ ਉਹ ਕਰਜ਼ਾ ਮਾਫ਼ ਕਰਨਾ ਚਾਹੀਦਾ, ਤਾਂ ਕਿ ਜਿਹੜੀ ਪੰਜਾਬ ਦੀ ਸਰਕਾਰ ਉਹ ਪੈਰਾਂ ਸਿਰ ਹੋ ਸਕੇ ਅਤੇ ਲੋਕਾਂ ਦਾ ਕੋਈ ਕੰਮ ਕਰ ਸਕੇ ਜੀ। ਹੁਣ ਇਹਦੇ ਨਾਲ, ਕਿਉਂਕਿ ਜਿੱਥੋਂ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਸੀ, ਸਮਾਪਤੀ ਵੀ ਅਸੀਂ ਲਗਭਗ ਉਹਦੇ ਨਾਲ ਹੀ ਕਰਨਾ ਚਾਹੁੰਦੇ ਹਾਂ, ਕਿ ਜਿਸ ਤਰ੍ਹਾਂ ਐਲਾਨ ਕਰ ਦਿੱਤੇ ਗਏ ਮੰਚ ਉੱਪਰ ਬਾਈਕਾਟ ਦੇ, ਐਲਾਨ ਕਰਨ ਵਾਸਤੇ ਕੀ ਵੋਟਿੰਗ ਹੁੰਦੀ ਹੈ ਜਾਂ ਜਿੰਨੇ ਵੀ ਮੈਂਬਰ ਹੁੰਦੇ ਆ ਕੌਂਸਲ ਦੇ, ਕੀ ਉਹ ਆਪਸ ਮਿਲ ਕੇ ਫੈਸਲਾ ਕਰਦੇ? ਮੈਨੂੰ ਥੋੜ੍ਹਾ ਜਿਹਾ ਢਾਂਚਾ ਸਮਝਾਓ, ਸਿੱਖ ਕੌਂਸਲ ਦਾ ਸਟਰਕਚਰ ਕੀ ਹੈ? ਸਿੱਖ ਕੌਂਸਲ ਨੇ ਤਾਂ ਬਾਈਕਾਟ ਕੀਤਾ ਨਹੀਂ ਜੀ, ਬਿਲਕੁਲ ਹੀ। ਅੱਛਾ ਜੀ, ਸਿੱਖ ਕੌਂਸਲ ਤਾਂ ਕਹਿੰਦੇ ਸਾਡੇ ਕੋਲ ਤਾਂ ਪ੍ਰੋਬਲਮ ਕੋਈ ਨਾ, ਕਿਸੇ ਸਾਥੋਂ ਟਾਈਮ ਮੰਗਿਆ ਅਸੀਂ ਕਰੀਏ ਕਿਉਂ ਜੀ? ਉਹ ਤਾਂ ਜਿਵੇਂ ਪਹਿਲਾਂ ਚੱਲਦਾ ਕੰਮ ਉਸੇ ਤਰ੍ਹਾਂ ਉਹਨਾਂ ਤੋਂ ਰੱਖਿਆ ਹੋਇਆ। ਠੀਕ ਹੈ ਜੀ, ਸਿੱਖ ਕੌਂਸਲ ਨੇ ਤਾਂ ਮਤਲਬ ਹੁਣ ਕੁਝ ਵੀਰਾਂ ਨੇ ਜਾਂ ਅੰਟਾਰੀਓ ਗੁਰਦੁਆਰਾ ਕਮੇਟੀ ਦੇ ਜਿਹੜੇ ਗੁਰਦੁਆਰੇ ਸੀ ਉਹਨਾਂ ਨੇ ਇਹ ਬਾਈਕਾਟ ਕੀਤਾ। ਉਹਨਾਂ ਨੇ ਜਿਹੜਾ ਤੁਸੀਂ ਸਵਾਲ ਕੀਤਾ ਵੀ ਕੀ ਸੰਗਤਾਂ ਨੂੰ ਪੁੱਛਿਆ ਜਾਂਦਾ, ਬਿਲਕੁਲ ਸੰਗਤਾਂ ਨੂੰ ਤਾਂ ਕੀ ਪੁੱਛਣਾ, ਕਿ ਕਮੇਟੀਆਂ ਨੂੰ ਵੀ ਨਹੀਂ ਪੁੱਛਿਆ ਗਿਆ। ਅੱਛਾ, ਤੁਹਾਡੇ ਸਾਹਮਣੇ ਬਹੁਤ ਸਾਰੀਆਂ ਕਮੇਟੀਆਂ ਨੇ ਆ ਕੇ ਇਹ ਆਪਣੇ ਐਫੀਡੈਵਿਟ ਦਿੱਤੇ ਨੇ, ਆਪਣੀਆਂ ਪ੍ਰੈਸ ਰਿਲੀਜ਼ਸ ਦਿੱਤੀਆਂ ਨੇ ਵੀ ਸਾਨੂੰ ਤਾਂ ਪੁੱਛਿਆ ਹੀ ਨਹੀਂ ਇਹਨਾਂ ਨੇ ਜੀ। ਉਹ ਕਿਸੇ ਸੰਗਤ ਦਾ ਫੈਸਲਾ ਨਹੀਂ ਜੀ, ਉਹ ਕਿਸੇ ਕਮੇਟੀ ਦਾ ਫੈਸਲਾ ਨਹੀਂ, ਉਹ ਥੋੜ੍ਹੇ ਜਿਹੇ ਵੀਰਾਂ ਦਾ ਫੈਸਲਾ ਜਿਨ੍ਹਾਂ ਦਾ ਕੋਈ ਨਿੱਜੀ ਮਫਾਦ ਜੁੜਿਆ ਹੋਇਆ। ਕਮੇਟੀਆਂ ਕਿਵੇਂ ਚੁਣੀਆਂ ਜਾਂਦੀਆਂ ਨੇ, ਥੋੜ੍ਹਾ ਇਹ ਵੀ ਦੱਸੋ ਸਾਡੇ ਦਰਸ਼ਕਾਂ। ਜਿਹੜੀਆਂ ਥੋੜ੍ਹੇ ਬਹੁਤ ਜਿਹੜੇ ਇੱਥੇ ਬਹੁਤ ਥੋੜ੍ਹੇ ਗੁਰਦੁਆਰੇ ਨੇ ਜਿਨ੍ਹਾਂ ਦੇ ਵਿੱਚ ਕਮੇਟੀਆਂ ਨੂੰ ਲੋਕ ਸੰਗਤਾਂ ਚੁਣਦੀਆਂ ਨੇ, ਅੱਛਾ ਜੀ, ਉਹ ਕੌਂਸਲ ਦੇ ਵਿੱਚ ਨੇ। ਅੱਛਾ ਜੀ, ਜਿਹੜੇ ਇਹ ਗੁਰਦੁਆਰੇ ਨੇ
जिन्होंने बायकाट किया उत्थे कदे भी कमेटी चुनी नहीं गई। पांच भी 25-25 बंदे दे ट्रस्ट बनाए हुए ने, उही ट्रस्ट ने इसका 84 तो देखते उही बंदे मूहरे ने, उही वो कमेटियां च ने, कदे किसी संगत चो कोई कमेटी नहीं चुनी गई। तो तुसी की चाहते की होना चाहिए? असं चाहते भी मैंबरशिप खोल के लोगों को मैंबर बना के हर 2-3 साल बाद कोई मनियाद रख ली जाए तो वो वोटिंग करके कमेटियां चुनिया जा। बिल्कुल सही जी जनरल साहब, तुसीं बहुत ही महत्वपूर्ण जानकारी सांझी कीती कि उम्मीद है कि दर्शकों ये जानकारी जिहड़ी है वह पसंद आऊगी। तो जे नहीं भी इन्हां दे विचारां नाल सहमत हुंदे तुसीं सही ढंग नाल तुसीं अपना सुनेहा जिहड़ा साडे तक पहुँचा सकते हो। असीं बाकी धिरां नूं भी इत्थे लै के आवांगे तां कि उन्हां नाल भी गल कीती जावे ते उस बारे भी विचार सांझे कीते जाण। इस दे नाल ही मैनूं अवनीत सिंह तेजा नूं दिओ इजाजत। तुसीं देखदे रहो प्राइम एशिया TV, तुहाडा अपना तुहाडे लई। प्राइम एशिया TV दिल दीआं गहराइयां चों आप सब वल्लों दित्ते प्यार लई धन्नवादी है कि थोड़े जे समें विच ही तुसीं सानूं घर घर दी पसंद बना दित्ता है। अजिहे च असीं पहलां नालों वी ज़्यादा मेहनत नाल होर नवें प्रोग्राम लैके आ रहे हाँ, पर तुहाडे साथ तों बिना असीं कुछ वी नहीं हाँ। सो YouTube ते साडा चैनल सबसक्राइब करना ना भुलना ते बैल दा बटन जरूर दबाउणा तां जो नवें प्रोग्रामां दा नोटिफिकेशन तुहानूं मिल सके। इन्हां प्लेटफॉर्म्स ते वी तुसीं सानूं देख सकदे हो ते इस दे नाल ही इन्हां सारे प्लेटफॉर्म्स ते वी असीं अवेलेबल हाँ ते साडा फेसबुक पेज वी लाइक करना। प्राइम एशिया TV, तुहाडा अपना तुहाडे लई।